ਸਾਸ਼ੀਕਾਲ ਜੀ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਲਗਾਤਾਰ 100 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਆਪਣੀਆਂ ਹੱਕਾਂ ਦੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਜਿੱਥੇ ਸਰਕਾਰਾਂ ਕਿਸਾਨਾਂ ਦੀਆਂ ਬਾਹਾਂ ਨਹੀਂ ਫੜਦੀ ਉੱਥੇ ਕੁਦਰਤ ਵੀ ਕਿਸਾਨ ਦੇ ਨਾਲ ਨਹੀਂ ਜਾਪਦੀ ਤਸਵੀਰਾਂ ਵਿਖਾਉਣੇ ਤੁਹਾਨੂੰ ਸਿੰਘੂ ਬਾਰਡਰ ਤੇ ਨੇ ਕਿ ਕਿਸ ਤਰ੍ਹਾਂ ਦਾ ਜਿਹੜਾ ਇਸ ਵੇਲੇ ਕੁਦਰਤ ਦਾ ਮਿਜ਼ਾਜ਼ ਹੈ ਬੇਹੱਦ ਖਰਾਬ ਮੌਸਮ ਹੁੰਦਾ ਜਾ ਰਿਹਾ ਤੇ ਥੋੜੀ ਥੋੜੀ ਬਾਰਿਸ਼ ਵੀ ਹੋਣੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੜਕਾਂ ਤੇ ਬੈਠੇ ਕਿਸਾਨਾਂ ਨੂੰ ਕਮ ਸੇ ਕਮ ਕੁਦਰਤ ਨੂੰ ਬਿਲਕੁਲ ਬਾਹ ਫੜਨੀ ਚਾਹੀਦੀ ਆ ਪਰ ਇਸ ਵੇਲੇ ਸੜਕ ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਬੈਠੇ ਨੇ ਟਰਾਲੀਆਂ ਤੇ ਬੈਠੇ ਨੇ ਆਰਜੀ ਟੈਂਟ ਔਰ ਆਰਜੀ ਮਕਾਨ ਬਣਾਏ ਹੋਏ ਨੇ ਪਰ ਜਿਹੜਾ ਕਿਸਾਨ ਦੀ ਜਿਹੜੀ ਕੁਦਰਤ ਹੈ ਉਹ ਵੀ ਕਿਤੇ ਨਾ ਕਿਤੇ ਬਾਹ ਫੜਦੀ ਨਜ਼ਰ ਨਹੀਂ ਆ ਰਹੀ ਸੋ ਦਿਖਾਉਂਦੇ ਹਾਂ ਤੁਹਾਨੂੰ ਜਿਹੜੀ ਬਾਰਿਸ਼ ਹੈ ਉਹ ਸ਼ੁਰੂ ਹੋ ਗਈ ਹੈ ਔਰ ਅਸਮਾਨ ਦੇ ਵਿੱਚ ਕਾਲੇ ਬੱਦਲ ਨੇ ਉਹ ਜਿਹੜੇ ਛਾਏ ਹੋਏ ਨੇ ਇਹ ਤਸਵੀਰਾਂ ਨੇ ਤੁਹਾਨੂੰ ਲਗਾਤਾਰ ਸਿੱਧੀਆਂ ਤਸਵੀਰਾਂ ਸੀ ਡੇਲੀ ਪੋਸਟ ਪੰਜਾਬੀ ਤੇ ਦਿਖਾ ਰਹੇ ਹਾਂ ਜਿੱਥੇ ਕਿ ਬਾਰਿਸ਼ ਦਾ ਜਿਹੜਾ ਮਿਜ਼ਾਜ਼ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਬਾਰਿਸ਼ ਆਉਣੀ ਹਲਕੀ ਹਲਕੀ ਜਿਹੜੀ ਬੂੰਦਾ ਬਾਂਦੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਕਿਸਾਨ ਨੇ ਜਿਹੜੇ ਉਹ ਡਟੇ ਹੋਏ ਨੇ ਭਾਰੀ ਸਰਦੀ ਭਰਪੂਰ ਸਰਦੀ ਦੇ ਵਿੱਚ ਵੀ ਡਟੇ ਹੋਏ ਨੇ ਪਰ ਕਿਤੇ ਨਾ ਕਿਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਉਹ ਟੈਂਟ ਜ਼ਰੂਰ ਬਣਾਏ ਗਏ ਨੇ ਤਾਂ ਕਿ ਪਾਣੀ ਜਾਂ ਅੰਦਰ ਨਾ ਆਵੇ ਪਰ ਫਿਰ ਵੀ ਜਦੋਂ ਆਪਣੇ ਘਰ ਤੋਂ ਬਾਹਰ ਕੋਈ ਬੈਠਾ ਹੁੰਦਾ ਤਾਂ ਉਸ ਦੇ ਲਈ ਮੁਸੀਬਤ ਬਹੁਤ ਵੱਡੀ ਹੁੰਦੀ ਹੈ ਪਰ ਫਿਰ ਵੀ ਮੁਸੀਬਤਾਂ ਨੂੰ ਨਾ ਮੰਨਦੇ ਹੋਏ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਔਰ ਕਿਸਾਨਾਂ ਨੇ ਇਹ ਤਸਵੀਰਾਂ ਨੇ ਤਰਪਾਲਾਂ ਪਾ ਕੇ ਇੰਤਜ਼ਾਮਾਤ ਨੇ ਜਿਹੜੇ ਪਹਿਲਾਂ ਹੀ ਕੀਤੇ ਹੋਏ ਨੇ ਪਰ ਫਿਰ ਵੀ ਜਿਹੜੀ ਕੁਦਰਤ ਆ ਉਹ ਕਿਤੇ ਨਾ ਕਿਤੇ ਜਿਹੜੀ ਮਿਹਰਬਾਨ ਹੁੰਦੀ ਨਜ਼ਰ ਨਹੀਂ ਆ ਰਹੀ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਬਾਰਿਸ਼ ਸ਼ੁਰੂ ਹੋ ਗਈ ਬਾਰਿਸ਼ ਤਾਂ ਸ਼ੁਰੂ ਹੋ ਗਈ ਜੀ ਦਿੱਕਤ ਹੋ ਹਾਂਜੀ ਦਿੱਕਤ ਤਾਂ ਹੈ ਜੀ ਬਹੁਤ ਦਿੱਕਤ ਕੀ ਹੈ ਇੰਤਜ਼ਾਮਾਤ ਕੀ ਕੀਤੇ ਨੇ ਇਹਦੇ ਲਈ ਇੱਥੇ ਲਈ ਕੁਛ ਨਹੀਂ ਕਰੇ ਪੱਕਾ ਸ਼ੈੱਡ ਪਾਇਆ ਤੇ ਇੱਕ ਤਾਂ ਅਸੀਂ ਆਪਣਾ ਲੰਗਰ ਜਿਵੇਂ ਗੁਰੂ ਘਰ 'ਚ ਲੰਗਰ ਚੱਲਦਾ ਐਵੇਂ ਪੂਰਾ ਲੰਗਰ ਚੱਲ ਰਿਹਾ ਹੈ ਕੋਈ ਵੀ ਆ ਕੇ ਖਾ ਸਕਦਾ ਹੈ ਕੋਈ ਰੋਕ ਟੋਕ ਨਹੀਂ ਮੀਂਹ ਤੋਂ ਬਚਣ ਲਈ ਕੀ ਕੀਤਾ ਹੋਇਆ ਸ਼ੈੱਡ ਮੀਂਹ ਤੋਂ ਬਚਣ ਲਈ ਸ਼ੈੱਡ ਆਪਣੇ ਕੋਲ ਛਤਰੀਆਂ ਹੈਗੀਆਂ ਕਿਤੇ ਬਾਹਰ ਜਾਣਾ ਛਤਰੀ ਨਾਲ ਜਾ ਸਕਦੇ ਉੱਧਰ ਇੱਧਰ ਸਮਾਨ ਲੈਣ ਜੋ ਵੀ ਜਾਣਾ ਆਪਾਂ ਤਰਪਾਲਾਂ ਟਰੈਕਟਰਾਂ ਦੇ ਇਹਨਾਂ ਦੇ ਵੀ ਤਰਪਾਲਾਂ ਫਿਰ ਵੀ ਪਾਣੀ ਆ ਜਾਂਦਾ ਪਾਣੀ ਆ ਜਾਂਦਾ ਫਿਰ ਵੀ ਆ ਜਾਂਦਾ ਪਾਣੀ ਦਾ ਕਿਉਂਕਿ ਐਵੇਂ ਪਿੱਛੇ ਬਾਂਦਰ ਰਹਿੰਦੇ ਨੇ ਮੌਕੀ ਵਾਫੀ ਹੈਗੇ ਹੈ ਮੌਕੀਆਂ ਦੇ ਕਾਰਨ ਆਪਣਾ ਤਰਪਾਲਪੁਰ ਪਾੜ ਜਾਂਦੇ ਨੇ ਉੱਪਰ ਤੋਂ ਆ ਕੇ ਬਹੁਤ ਪਰੇਸ਼ਾਨੀ ਹੈਗੀ ਬਾਹਰ ਪਰ ਫਿਰ ਵੀ ਲੜਾਈ ਤਾਂ ਜਾਰੀ ਹੈ ਹਾਂ ਲੜਾਈ ਜਾਰੀ ਹੈ ਜੀ ਬੈਠੇ ਹਾਂ ਜੇ 2 ਸਾਲ ਲੱਗ ਜੇ ਕੋਈ ਟੈਨਸ਼ਨ ਨਹੀਂ ਖਾਣਾ ਤੁਹਾਨੂੰ ਹਲਕੀ ਬੂੰਦਾਬਾਂਦੀ ਔਰ ਬੱਦਲ ਜਿਹੜੇ ਨੇ ਹੋਏ ਨੇ ਕਾਲੇ ਬੱਦਲ ਜਿਹੜੇ ਅਸਮਾਨ ਦੇ ਵਿੱਚ ਛਾਏ ਹੋਏ ਨੇ ਸੋ ਇਹ ਤਸਵੀਰ ਜਿਹੜੀ ਹੈ ਸੋ ਲਗਾਤਾਰ ਇਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਲਾਈਵ ਅਪਡੇਟ ਤੁਹਾਡੇ ਤੱਕ ਡੇਲੀ ਪੋਸਟ ਪੰਜਾਬੀ ਦੇ ਜ਼ਰੀਏ ਪਹੁੰਚਾਈ ਜਾ ਰਹੀ ਹੈ ਕਿ ਮੁਸੀਬਤਾਂ ਦੇ ਬਾਵਜੂਦ ਵੀ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਗਰਮੀ ਦੀ ਮੌਸਮ ਆ ਰਹੀ ਹੈ ਅੱਗੇ ਬਰਸਾਤਾਂ ਪਰ ਫਿਰ ਵੀ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਨੌਜਵਾਨ ਨੇ ਭਾਅ ਜੀ ਨੌਜਵਾਨੀ ਦਾ ਵੱਡਾ ਯੋਗਦਾਨ ਰਿਹਾ ਪੂਰਾ ਯੋਗਦਾਨ ਦੇ ਰਹੇ ਹਾਂ ਜੀ ਜਿੰਨੀ ਚਿਰ ਧਰਨਾ ਜਾਰੀ ਹੈ ਉਨੀ ਦੇਰ ਯੋਗਦਾਨ ਦਿੰਦੇ ਰਹਾਂਗੇ ਕਿੱਥੋਂ ਆਏ ਹੋ ਤੁਸੀਂ ਇਹ ਆਪਣਾ ਮੋਹਾਲੀ ਤੋਂ ਚੰਡੀਗੜ੍ਹ ਸੈਕਟਰ 80 ਪਿੰਡ ਮੌਲੀ ਬੈਦਵਾਨ ਮੋਹਾਲੀ ਏਅਰਪੋਰਟ ਰੋਡ ਏਅਰਪੋਰਟ ਰੋਡ ਮੋਹਾਲੀ ਦੇ ਨਜ਼ਦੀਕ ਤੋਂ ਇਹ ਆਏ ਹੋਏ ਨੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਰ ਕਿਸ ਤਰ੍ਹਾਂ ਦੀਆਂ ਵੀ ਮੁਸੀਬਤਾਂ ਹਜ਼ਾਰਾਂ ਮੁਸੀਬਤਾਂ ਨੂੰ ਪਾਰ ਕਰਕੇ ਜਿਹੜੇ ਕਿਸਾਨ ਨੇ ਉਹ ਦੇਸ਼ ਦੀ ਰਾਜਧਾਨੀ ਪਹੁੰਚੇ ਸੀਗੇ ਪਰ ਨਿੱਤ ਨਵੀਂ ਮੁਸੀਬਤ ਦਾ ਜਿਹੜਾ ਸਾਹਮਣਾ ਉਹ ਕਿਸਾਨਾਂ ਨੂੰ ਕਰਨਾ ਪੈਂਦਾ ਪਰ ਫਿਰ ਵੀ ਜਿਹੜੇ ਹੌਸਲੇ ਉਹ ਬੁਲੰਦ ਨੇ ਬਿਲਕੁਲ ਮੌਸਮ ਖਰਾਬ ਹੈ ਬੇਹੱਦ ਜਿਹੜੇ ਬੱਦਲ ਨੇ ਛਾਏ ਹੋਏ ਨੇ ਔਰ ਬਿਜਲੀ ਗਰਜ ਰਹੀ ਹੈ ਇਸ ਸੁਣ ਸਕਦੇ ਹੋ ਤੁਸੀਂ ਪਰ ਫਿਰ ਵੀ ਹਜ਼ਾਰਾਂ ਮੁਸੀਬਤਾਂ ਤੋਂ ਬਾਅਦ ਜਿਹੜੇ ਹੌਸਲੇ ਉਹ ਬੁਲੰਦ ਨੇ ਕੰਧ ਦੀ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਅਤੇ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਕਿ ਇੱਥੇ ਹੀ ਡਟੇ ਰਹਾਂਗੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਦਿੱਲੀ